ਚਲੋ ਉੱਥੇ ਧੀਆਂ ਭੈਣਾਂ ਵੀ ਆਉਂਗੀ ਇਨਸਾਨਾਂ ਵਾਲਾ ਡਾਂਸ ਕਰ ਇਹ ਕੀ ਥੱਲੋਂ ਮਿੱਟੀ ਚੁੱਕਣ ਜਾਂਦਾ ਤੂੰ ਕੀ ਹੈ ਮਤਲਬ ਕੋਈ ਉਤਲਾ ਡਾਂਸ ਨਹੀਂ ਹੈਗਾ ਤੇਰੇ ਕੋਲ ਉਤਲਾ ਚਬਾਰੇ ਦੇ ਚਲੇ ਜਾਵਾਂ ਸਰੈਕੀ ਸਰੈਕੀ ਕੋਈ ਮਾਈਆ ਭਾਈ ਸਰੈਕੀ ਮਾਈਆ ਮੈਂ ਤੁਹਾਨੂੰ ਸੁਣਾਇਆ ਵਾ ਅੱਛਾ ਇਹ ਚੱਲਦਾ ਵਾ ਸਾਡੇ ਚਨੋਟ ਦੇ ਵਿੱਚ ਇੱਕ ਬੋਲ ਕਹਿਣਾ ਵਾ ਉਹ ਅਰਬੀ ਮਾਈਆ ਹੈਗਾ ਤੇਰੇ ਕੋਲ ਨਹੀਂ ਇਹ ਸਰਦੀਆਂ ਵਾਲੇ ਮਾਈਆ ਨਹੀਂ ਮੇਰੇ ਕੋਲ ਅੱਛਾ ਚਲੋ ਆਪਣੀ ਮਰਜ਼ੀ ਨਾਲ ਸੁਣਾ ਦੇ ਜੋ ਵੀ ਨਿੱਕਾ ਜਿਹਾ ਡੋਲਾ ਸੋਹਣਾ ਜਿਹਾ ਡੋਲਾ ਚਿੱਟਾ ਜਿਹਾ ਸੂਟ ਨਾ ਪਾਇਆ ਚੱਲ ਨਿੱਕਾ ਜਿਹਾ ਡੋਲਾ ਸੋਹਣਾ ਜਿਹਾ ਡੋਲਾ ਚਿੱਟਾ ਜਿਹਾ ਸੂਟ ਨਾ ਪਾਇਆ ਸਗੋਂ ਲੱਗੇ ਨਾ ਢੇਰ ਪਿਆਰਾ ਅੱਖੀਆਂ ਦਾ ਚਿੱਟਾ ਜਿਹਾ ਭਾਈ ਇਹ ਵਾਢੀਆਂ ਵਾਲਾ ਡਾਂਸ ਸਾਨੂੰ ਨਹੀਂ ਚਾਹੀਦਾ ਤੂੰ ਨਰਗਸ ਵਾਲਾ ਸਟੈਪ ਨਹੀਂ ਆਉਂਦਾ ਤੈਨੂੰ ਮੈਂ ਨਾ ਚਨੋਟੀ ਘੁੰਮਰ ਸੀ ਅੱਛਾ ਜੀ ਤੇ ਤੁਹਾਨੂੰ ਹੁਣ ਨਾ ਮੈਂ ਤੁਸੀਂ ਲਤਾ ਮੰਗੇਸ਼ਕਰ ਦੇ ਗਾਣੇ ਤੇ ਫਿਰ ਕੋਈ ਢੋਲ ਵਜਾ ਲੈਂਦੇ ਜਾਂ ਉਹ ਭਾਈ ਐਡਾ ਔਖਾ ਸਾਡੇ ਕੋਲ ਨਹੀਂ ਕੰਮ ਹੁੰਦਾ ਤੇ ਆ ਚੱਲਦਾ ਚੱਲਦਾ ਕੰਮ ਕਰਦੇ ਆ ਮਹਿੰਦੀ ਹਸਨ ਦੀ ਗਜ਼ਲ ਢੋਲ ਤੇ ਕੋਈ ਵਜਾ ਲੈਂਦੇ ਹੋ ਢੋਲ ਤੇ ਕਦੀ ਸੁਣੀ ਆ ਅੱਗੇ ਕਦੀ ਮਹਿੰਦੀ ਹਸਨ ਦੀ ਗਜ਼ਲ ਵਜਾ ਮੈਂ ਸੁਣਨਾ ਚਾਹੁੰਦਾ ਮੈਂ ਕਹਿੰਦਾ ਮੁਸ਼ਕਲ ਕੰਮ ਕਰੋ ਤੁਸੀਂ ਮੁਸ਼ਕਲ ਕੰਮ ਕੀ ਕਰੂੰ ਮੈਂ ਟਾਵਰ ਤੋਂ ਛਾਲ ਮਾਰਦਾ ਚਲੋ ਠੀਕ ਆ ਜੀ ਤੁਸੀਂ ਦੋਵੇਂ ਪਾਰਟੀਆਂ ਮੈਂ ਬੁਲਾ ਲੈਂਦਾ ਵਾਂ ਉੱਥੇ ਜਿਹੜਾ ਵੀ ਮੈਂ ਉੱਥੇ ਸਿਲੈਕਟ ਕਰਾਂਗਾ ਉਹ ਸਿਲੈਕਟ ਭਾਅ ਜੀ ਹੁਣ ਇੰਨਾ ਤਾਂ ਖਪਾ ਦਿੱਤਾ ਭਾਅ ਜੀ ਵੀ ਤੁਸੀਂ ਉਹਨਾਂ ਨੂੰ ਸਿਲੈਕਟ ਕਰਨਾ ਖਪਾ ਕੇ ਦਿੱਤਾ ਤੇਰੇ ਕੋਲ ਮੈਂ ਟੋਇਆ ਕਢਾ ਲਿਆ ਇਹ ਤਾਂ ਤੂੰ ਵੈਸੇ ਵੀ ਕਰਨ ਦਿਆ ਸੀ ਜਦੋਂ ਮੈਂ ਆਇਆ ਨਹੀਂ ਉਹ ਤਾਂ ਅਸੀਂ ਆਪਣੀ ਰਿਹਰਸਲ ਕਰਦੇ ਸੀ ਹੁਣ ਤੁਸੀਂ ਕੋਈ ਐਡਵਾਂਸ ਦਵੋ ਸਾਨੂੰ ਤਾਂ ਕਿ ਅਸੀਂ ਰਾਤ ਦਾ ਸਾਡਾ ਪ੍ਰੋਗਰਾਮ ਐਡਵਾਂਸ ਕਾਹਦਾ ਦਵਾਂ ਮੈਂ ਮੋਟਰਸਾਈਕਲ ਕਿਸ਼ਤਾਂ 'ਤੇ ਲਈ ਤੇਰੇ ਕੋਲ ਤੁਸੀਂ ਵੈਸੇ ਆਇਓ ਉੱਥੇ ਤੁਹਾਨੂੰ ਪੈਸੇ ਬਹੁਤ ਹੋਣੇ ਆ ਸਾਡੇ ਬਾਹਰੋਂ ਬੰਦੇ ਆ ਰਹੇ ਇੰਗਲੈਂਡ ਕੈਨੇਡਾ ਤੋਂ ਤੁਹਾਨੂੰ ਡਾਲਰ ਹੋਣੇ ਆ ਉਹ ਡਾਲਰ ਲੈ ਕੇ ਤੜਾ ਕੇ ਸਾਨੂੰ ਇੱਥੇ ਹੀ ਫੜਾ ਜਾਓ ਡਾਲਰ ਦਾ ਰੇਟ ਵੇਖ ਕਿੱਥੇ ਚਲਾ ਗਿਆ ਕਿੱਥੇ ਚਲਾ ਗਿਆ ਉਹ ਵੇਖ ਕੇ ਆ ਕਿੱਥੇ ਚਲਾ ਗਿਆ ਭਾਅ ਜੀ ਗੱਲ ਇਹ ਆ ਵੀ ਤੁਸੀਂ ਸਾਨੂੰ ਕੋਈ ਐਡਵਾਂਸ ਦਵੋ ਅੱਛਾ ਜੀ ਤੇ ਐਡਵਾਂਸ ਤੋਂ ਬਾਅਦ ਫਿਰ ਅਸੀਂ ਰਾਤ ਦਾ ਫੰਕਸ਼ਨ ਕਰੀਏ ਅਮਜਦ ਭਾਈ ਸਾਡੇ ਨਾਲ ਹੀ ਪੈਂਦੇ ਆ ਇਹਨਾਂ ਨੂੰ ਕੁਛ ਨਹੀਂ ਆਉਂਦਾ ਹੈਗਾ ਚਲੋ ਠੀਕ ਆ ਜੀ ਤੁਹਾਨੂੰ ਸਾਰਾ ਕੁਛ ਆਉਂਦਾ ਆ ਤੁਹਾਡੇ ਸਾਹਮਣੇ ਤੈਨੂੰ ਸਾਹ ਖਰੇ ਕਿਸ ਤਰ੍ਹਾਂ ਆਉਂਦੇ ਆ ਤੂੰ ਇਹਦੇ ਵਿੱਚੋਂ ਨਾ 200 ਰੁਪਏ ਐਡਵਾਂਸ ਤੇ 800 ਮੈਨੂੰ ਬਕਾਇਆ ਦੇ ਦੇ ਇਹ ਸਾਲ ਦਾ ਐਡਵਾਂਸ ਆ ਜਿਆਤੀ ਹੈਗੀ ਆ ਜੀ ਭਾਈ ਪਹਿਲੇ ਤੋਂ ਹੀ ਸਾਡੇ ਕੋਲ ਆਏ ਜੇ ਠੀਕ ਹੈ ਨਾ ਆ ਛਾੜੀਆ ਸਾਡਾ ਬੰਦਾ ਬਿਲਕੁਲ ਠੀਕ ਹੈ ਨਾ ਉਹ ਕਹਿ ਰਿਹਾ ਐ ਵੈਸੇ ਨਾ ਇਹਨਾਂ ਨੂੰ ਐ ਤੇ ਪੜਾ ਸਾਡੇ ਵਾਲੇ ਨੂੰ ਵੈਸੇ ਆਦਤ ਹੈਗੀ ਕਿਸੇ ਦਾ ਕੰਮ ਖੋਣ ਦੀ ਭਾਈ 1000 ਰੁਪਏ ਦਾ ਤੇ ਵੈਸੇ ਮੈਂ ਨੱਚ ਵੀ ਲਿਆ ਵਾ ਰਹਿਣ ਧੋਣੇ ਮੇਰੇ ਕੋਲ ਇਹ 1000 ਰੁਪਏ ਦਾ ਐਡਾ ਕਿਰਕ ਵਾਲਾ ਡਾਂਸ ਕੀਤਾ ਤੂੰ ਯਾਰ ਇਹ ਭਾਜੀ ਮੈਂ ਦੋਵਾਂ ਨੂੰ ਬੁਲਾ ਲੈਣਾ ਵਾ ਹਾਂਜੀ ਉਹ ਜੋ ਨਸੀਬ ਹੋਏ ਦੋਵਾਂ ਨੂੰ ਮਿਲ ਜਾਣਗੇ ਠੀਕ ਆ 1000 ਰੁਪਏ ਦੇ ਦਿੱਤਾ ਉਹ ਭਾਈ ਨੇ ਅਮਜਦ ਨੂੰ ਤੇ ਕੰਮ ਹੀ ਨਹੀਂ ਆਂਦਾ ਇਹ ਰਾਸ਼ਦ ਗਰੁੱਪ ਹੀ ਹੈ ਜਿਹੜਾ ਸਾਰੇ ਜੋੜੇ ਪੋਲ ਤੇ ਸਦਰ ਦੇ ਵਿੱਚ ਅਸੀਂ ਜਾਂਦੇ ਆ ਮਸ਼ਹੂਰ ਹੋ ਤੁਸੀਂ ਹਾਂਜੀ ਆ ਨਹੀਂ ਮਸ਼ਹੂਰ ਹੋ ਦੋ ਤਿੰਨ ਬੰਦੇ ਕਹਿੰਦੇ ਇਹਨੇ ਮੇਰਾ ਸਾਈਕਲ ਚੁੱਕਿਆ ਤੇ ਪਿਛਲੇ ਵਿਆਹ ਦੇ ਵੀ ਤੁਸੀਂ ਗਏ 3 ਜੱਗ ਤੇ 6 ਪਲੇਟਾਂ ਤੁਸੀਂ ਲੈ ਭਾਈ ਨੂੰ ਮੋੜਤੀਆਂ ਸੀ ਪਿਛਲੇ ਵਾਪਸ ਦੇ ਦਿੱਤੀਆਂ ਸੀ ਇਹ ਹੁਣ ਕੀ ਇਹਨਾਂ ਨੂੰ ਲੈ ਜਾਈਏ ਤੁਹਾਨੂੰ ਵੀ ਲੈ ਜਾਂਦੇ ਅਸੀਂ ਦੋਵਾਂ ਨੂੰ ਦੋਵਾਂ ਨਾਲ ਜਾਣ ਦਾ ਫਾਇਦਾ ਕੋਈ ਨਹੀਂ ਭਾਈ ਇਹਨਾਂ ਨੂੰ ਕੁਝ ਵੀ ਨਹੀਂ ਆਂਦਾ ਸਾਨੂੰ ਬੜਾ ਕੁਝ ਆਉਂਦਾ ਭਾਈ ਜਾ ਆਪਣੇ ਅੱਡੇ ਤੇ ਜਾਓ ਤੁਹਾਡੀ ਮਿਹਰਬਾਨੀ ਆਪਣੇ ਉੱਥੇ ਖੜੇ ਹੋ ਨਹੀਂ ਮੇਰੇ ਅੱਡੇ ਤੇ ਤੁਸੀਂ ਆਏ ਦੇ ਨਾ ਨਹੀਂ ਨਹੀਂ ਅਸੀਂ ਆਪਣੇ ਅੱਡੇ ਤੇ ਖਲੋਤੇ ਆ ਜਾਓ ਤੁਸੀਂ ਆਪਣੇ ਅੱਡੇ ਤੇ ਜਾ ਕੇ ਖੜੇ ਹੋ ਨਾਵੇਂ ਕਰਵਾਏ ਚਲੋ ਮੇਰਾ ਭਰਾ ਅਮਜਦ ਆ ਇਹਨਾਂ ਨੂੰ ਕੁਝ ਨਹੀਂ ਆਂਦਾ ਸਾਡਾ ਰਾਸ਼ਦ ਗਰੁੱਪ ਹੈਗਾ ਵੇ ਜਿਹੜਾ ਸਾਨੂੰ ਆ ਰਿਹਾ ਵੇ